ਦਿਨ ਦਿਹਾੜੇ ਨਿਊ ਹਰਗੋਬਿੰਦ ਨਗਰ ਵਿੱਚ HS ਮੈਡੀਕਲ ਹਾਲ 'ਤੇ ਤਕਰੀਬਨ 15 ਬੰਦਿਆਂ ਵੱਲੋਂ ਹਮਲਾ ਕੀਤਾ ਗਿਆ, ਜਿਸ ਦੀ ਸਾਰੀ ਫੁਟੇਜ CCTV ਕੈਮਰੇ ਵਿੱਚ ਕੈਦ ਹੋਈ, ਜਿਸ ਵਿੱਚ ਪੀੜਤਾ ਵੱਲੋਂ ਦੱਸਿਆ ਗਿਆ ਕਿ ਇਸ ਵਿੱਚ ਸਰਕਾਰੀ ਅਤੇ ਰਾਜਨੀਤਿਕ ਆਗੂਆਂ ਦਾ ਬਹੁਤ ਵੱਡਾ ਹੱਥ ਹੈ। ਹਮਲੇ ਵਾਲੀ ਜਗ੍ਹਾ 'ਤੇ ਪੰਜਾਬ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਣਦੀ ਕਾਰਵਾਈ ਵੀ ਕੀਤੀ। ਜਿਵੇਂ ਕਿ ਮੈਂ ਦੱਸ ਰਿਹਾ ਵੀ ਇੱਕ ਦਿਨ ਪਹਿਲੇ ਦੀ ਛੋਟੀ ਰੰਜਿਸ਼ ਕਰਕੇ ਮੈਨੂੰ ਪਹਿਲੇ ਧਮਕੀ ਦਿੱਤੀ ਗਈ ਸੀ। 10 ਤੋਂ 15 ਬੰਦੇ ਰਲ ਕੇ ਅਗਲੇ ਦਿਨ ਮੇਰੀ ਦੁਕਾਨ 'ਤੇ ਹਮਲਾ ਬੋਲਿਆ, ਜਿਹਨਾਂ 'ਚੋਂ 5-75 ਬੰਦੇ ਮੇਰੇ ਨੇ, ਜਿਹਨਾਂ ਨੇ ਰਾਡਾਂ ਅਤੇ ਕਿਰਪਾਨਾਂ ਨਾਲ ਦੁਕਾਨ 'ਤੇ ਹਮਲਾ ਕੀਤਾ। ਬੋਤਲਾਂ ਮੇਰੀਆਂ, ਮੇਰੇ ਪਾਪਾ ਦੀ ਬਾਂਹ ਫ੍ਰੈਕਚਰ, ਮੇਰੀ ਆਈਸੈਡ ਤੋਂ ਮੈਨੂੰ ਦਿਖ ਨਹੀਂ ਰਿਹਾ, ਦੁਕਾਨ 'ਤੇ ਤੋੜ ਭੰਨ ਰੱਜ ਕੇ ਆਪਣੇ ਪੋਲੀਟੀਕਲ ਪ੍ਰੈਸ਼ਰ ਦੀ ਧਮਕੀਆਂ ਦਿੱਤੀਆਂ ਸੰਜੇ ਤਲਵਾੜ ਦਾ ਨਾਂ ਲੈ ਕੇ। ਕੁਛਾਂ ਨੇ ਵਕੀਲ ਹੋਣ ਦੇ ਬਾਵਜੂਦ ਵੀ ਮੈਂ ਬਾਰ ਐਸੋਸੀਏਸ਼ਨ ਨਾਲ ਕਚਹਿਰੀਆਂ ਮੇਰੀਆਂ ਆਪਣੀਆਂ, ਤੁਹਾਡੇ 'ਤੇ ਪਰਚਾ ਵੀ ਕਰਾਵਾਂਗੇ। ਉੱਤੋਂ ਜੋ ਵਰਡਿੰਗ ਯੂਜ਼ ਕੀਤੀ ਤੁਹਾਨੂੰ ਜਾਨੋ ਮਾਰ ਦੇਣਾ। ਮੇਰੀ ਦੁਕਾਨ ਦੇ ਬਾਹਰ ਇੱਟਾਂ ਸ਼ਟਰ ਮੇਰਾ ਸਾਰਾ ਤੋੜ ਭੰਨ ਕਰਤਾ, ਜੇ ਦੁਕਾਨ ਵਾਲੇ ਸ਼ਟਰ ਨਾ ਬੰਦ ਕਰਦੇ ਤਾਂ ਅਸੀਂ ਪਿਓ ਪੁੱਤਰ ਜਾਨੋ ਮਰ ਜਾਣਾ ਸੀ। ਪਹਿਲਾਂ ਤਾਂ ਜਿਹੜਾ ਉਹ ਜਿੱਥੇ ਵਾਰਦਾਤ ਹੋਈ ਉਹ ਡਾਵਰ ਸਾਹਿਬ ਦਾ ਇਲਾਕਾ, ਡਾਵਰ ਸਾਹਿਬ ਤੋਂ ਉਹਦੇ MLA ਨੇ, ਮੇਰਾ ਹਲਕਾ ਨਹੀਂ ਪੈਂਦਾ। ਦੂਸਰੀ ਗੱਲ, ਜਿਹੜਾ ਉਹ ਝਗੜਾ ਹੋਇਆ, ਦੋਨੋਂ ਆਪਸ ਵਿੱਚ ਪੁਰਾਣੇ ਦੋਸਤ ਹੈ, ਕੁਛ ਉਹਨਾਂ ਦੀ ਆਪਸ ਵਿੱਚ ਇੱਕ ਆਹਮਣੇ ਸਾਹਮਣੇ ਦੁਕਾਨਾਂ ਦੋਨਾਂ ਲੋਕਾਂ ਦੀਆਂ, ਜਿਹੜਾ ਬੰਦਾ ਕੰਪਲੇਂਟਡ ਹੈ, ਇਹ ਮੇਰੇ ਖਿਆਲ ਕੋਲ ਨਾ ਤਾਂ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਡੀ ਫਾਰਮੇਸੀ ਦਾ ਨਾਲ ਲਾਇਸੈਂਸ ਹੈ, ਕੁਛ ਨਸ਼ੇ ਦੀਆਂ ਚੀਜ਼ਾਂ ਹੀ ਵੇਚਦਾ, ਜਿਸ ਕਰਕੇ ਉਹ ਸਾਹਮਣੇ ਵਾਲੇ ਨੇ ਓਬਜੈਕਟ ਕੀਤਾ। ਜਦੋਂ ਉਹਨੇ ਓਬਜੈਕਟ ਕੀਤਾ ਤਾਂ ਇਸ਼ੂ ਥੋੜ੍ਹਾ ਹੀਟ ਅਪ ਹੋ ਗਿਆ, ਅਤੇ ਉਹ ਜਿਹੜਾ ਬੰਦਾ ਸੀਗਾ ਦੂਸਰਾ ਜਿੱਥੇ ਪਰਚਾ ਦਰਜ ਹੋਇਆ, ਉਹ ਕਿਤੇ ਨਾ ਕਿਤੇ ਪੁਲਿਸ ਨੂੰ ਜਾਂ ਇਹਦੀ ਕੰਪਲੇਂਟ ਦੇਣਾ ਚਾਹੁੰਦਾ ਸੀਗਾ, ਬਟ ਇਹ ਹੈ ਕਿ ਥੋੜ੍ਹਾ ਗੁੱਸੇ ਗਿਲੇ 'ਚ ਦੋਨਾਂ ਦੀ ਆਪਸ ਵਿੱਚ ਝਗੜਾ ਹੋ ਗਿਆ। ਝਗੜਾ ਹੋ ਕੇ ਕਿਸੇ ਸੱਟ ਵੱਧ ਲੱਗ ਗਈ ਅਤੇ ਕਿਸੇ ਘੱਟ ਲੱਗ ਗਈ। ਇਹ ਹਰਗੋਬਿੰਦ ਨਗਰ ਹਨੂੰਮਾਨ ਮੰਦਰ ਰੋਡ ਮੇਰਾ ਮੈਡੀਕਲ ਸ਼ੋਪ ਹੈ, ਅਤੇ ਉਹ 8:30 ਦਾ ਟਾਈਮ ਸੀ ਜੀ। ਪੁਲਿਸ ਜੀ ਅੱਧੇ ਘੰਟੇ ਦੇ ਵਿੱਚ ਪਹੁੰਚ ਕੇ ਸਾਰੇ ਮੁਲਾਜ਼ਮ, ਪੁਲਿਸ ਨੇ ਪੂਰਾ ਕੋਆਪਰੇਟ ਕਰਕੇ FIR ਦਰਜ ਰਾਤੀ ਕੀਤੀ। ਮੈਡੀਕਲ ਕਰਾਉਣ SHO ਸਾਹਿਬ ਸਾਡੇ ਨਾਲ ਗਏ। ਆਪਾਂ ਅਰੈਸਟ ਚਾਹੁੰਦੇ ਹਾਂ, ਪਲੱਸ ਵਕੀਲ ਦੀ ਡਿਗਰੀ ਕੈਂਸਲ ਕੀਤੀ ਜਾਵੇ, ਜਿਹੜਾ ਵਕਾਲਤ ਦਾ ਕੋਰਟ ਪਾ ਕੇ ਗੁੰਡਾਗਰਦੀ ਕਰ ਰਹੇ ਆ, ਪਲੱਸ ਪੋਲੀਟੀਕਲ ਬੰਦਿਆਂ ਨੂੰ MLA ਜਿਹੜੇ ਸ਼ਹਿ ਦੇ ਰਹੇ, ਇਹਨਾਂ ਦਾ ਹੱਥ ਪਿੱਛੇ ਖਿੱਚਿਆ ਜਾਵੇ। ਆਪਾਂ ਤਾਂ ਚਾਹੁੰਦੇ ਵੀ ਜੋ ਬੰਦੀ ਕਾਰਵਾਈ, ਜੋ ਧਾਰਾਂ ਲੱਗੀਆਂ ਉਹ ਤਾਂ ਕਾਰਵਾਈ ਹੋਵੇ, ਬਸ। ਆਪਾਂ ਤਾਂ ਕੋਈ ਫਾਲਤੂ ਚਾਹੁੰਦੇ ਹੀ ਨਹੀਂ। ਜੋ ਧਾਰਾਂ ਲੱਗੀਆਂ, ਸਾਨੂੰ ਜਾਨ ਦਾ ਖਤਰਾ, ਮਾਰਨ ਦੀ ਧਮਕੀਆਂ ਅੱਜ ਤੱਕ ਦਿੱਤੀਆਂ ਜਾ ਰਹੀਆਂ, ਸਾਨੂੰ ਜਾਨ ਦਾ ਖਤਰਾ, ਅਸੀਂ ਹੈਗੇ ਸਧਾਰਨ ਲੋਕ ਵੀ, ਸਾਨੂੰ ਮਾਰਨ ਦੀ ਧਮਕੀਆਂ ਨਾ, ਇਹ ਅਪਰੋਚੇਬਲ ਬੰਦੇ ਆ, ਕੋਈ ਪੁਲਿਸ ਵਾਲੇ ਦਾ ਮੁੰਡਾ, ਕੋਈ ਵਕੀਲ ਆ, ਕੋਈ MLA ਦਾ ਭਰਾ, ਵੀ ਸਾਨੂੰ ਜਾਨ ਦਾ ਖਤਰਾ। ਮੈਂ ਇਹ ਚਾਹੁੰਦਾ ਤੁਹਾਡੀ ਮਦਦ ਸਾਨੂੰ ਰਵੇ ਭਰਾਵਾਂ ਦੀ, ਵੀ ਸਾਡੀ ਜਾਨ ਸੇਫ ਰਵੇ। ਕੱਲ੍ਹ ਨੂੰ ਅਸੀਂ ਦੁਕਾਨਦਾਰੀ ਕੱਲੀ, ਮੈਂ 10 ਕਿਲੋਮੀਟਰ ਇਕੱਲਾ ਆਉਂਦਾ ਜਾਂਦਾ ਰਾਤ ਨੂੰ, ਮੇਰੀ ਜਾਨ ਨੂੰ ਖਤਰਾ, ਰਾਤ ਨੂੰ ਮੇਰੇ ਨਾਲ ਕੁਝ ਵੀ ਕਰ ਸਕਦੇ। ਮਾਰਕੁੱਟ ਦੋਸਤੋ ਸੁਣੋ ਮੇਰੀ ਗੱਲ, ਮਾਰਨਾ ਕੁੱਟਣਾ ਤਾਂ ਕਿਸੇ ਚੋਰ ਨੂੰ ਫੜ ਲਈਏ ਕਾਨੂੰਨ ਦੇ ਵਿੱਚ, ਉਹਨੂੰ ਮਾਰਨਾ ਵੀ ਅਪਰਾਧ ਹੈ। ਮਾਰਕੁੱਟ ਨੂੰ ਮੈਂ ਕਦੀ ਜਾਇਜ਼ ਨਹੀਂ ਕਹਿੰਦਾ, ਬਟ ਇਹ ਹੁੰਦਾ ਜਦੋਂ ਦੋ ਲੋਕ ਝਗੜਦੇ ਆ, ਕਿਸੇ ਜ਼ਿਆਦਾ ਲੱਗਦੀ, ਕਿਸੇ ਘੱਟ ਲੱਗਦੀ ਹੈ, ਅਤੇ ਕਿਤੇ ਨਾ ਕਿਤੇ ਲੜਾਈ ਦੀ ਜਿਹੜੀ ਬੇਸ, ਕਾਰਨ ਕੀ ਹੈ, ਲੜਾਈ ਦੀ ਵਜ੍ਹਾ ਕੀ ਹੈ, ਇਹ ਜਦੋਂ ਤੁਸੀਂ ਦੂਜੇ ਪਾਰਟੀ ਦਾ ਪੱਖ ਸੁਣੋਗੇ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ। ਜਿਹੜੀ ਉਹਨਾਂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ, ਤੁਸੀਂ ਸਾਰੇ ਮੀਡੀਆ ਵਾਲੇ ਬੜੇ ਸਮਝਦਾਰ ਹੋ, ਮੇਰੇ ਤੋਂ ਜ਼ਿਆਦਾ ਇਸ ਚੀਜ਼ ਨੂੰ ਜਾਣਦੇ ਹੋ। ਦੇਖੋ ਉਹਨਾਂ ਦੀ ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਵੀ ਸਾਡੇ ਆਏ, ਸਾਡੇ ਨਾਲ ਆਹ ਕੀਤਾ, ਜੋ ਧਾਰਾ ਕਹੀਆਂ ਉਹ ਧਾਰਾ ਲੱਗ ਗਈ, 452 ਵੀ ਲੱਗ ਗਈ, 507 ਵੀ ਲੱਗ ਗਈ, ਹੋਰ ਸਾਰਾ ਕੁਛ ਲੱਗ ਗਿਆ। 2:30 ਵਜੇ ਪਰਚਾ ਦਰਜ ਹੋ ਰਿਹਾ ਅਤੇ 4-5 ਵਜੇ ਪ੍ਰੈਸ ਕਾਨਫਰੰਸ ਕਰ ਰਹੇ ਨੇ। ਉਹ ਪ੍ਰੈਸ ਕਾਨਫਰੰਸ ਕਰਕੇ ਉਹ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਸੰਜੇ ਤਲਵਾੜ ਐਜ਼ ਏ MLA ਪੁਲਿਸ 'ਤੇ ਪ੍ਰੈਸ਼ਰ ਪਾ ਰਹੇ। ਅੱਜ ਤੱਕ ਕਾਨੂੰਨ ਦੇ ਵਿੱਚ ਮੈਂ 2 ਵਜੇ FIR ਦਰਜ ਹੋ ਰਹੀ ਹੈ ਅਤੇ 4 ਵਜੇ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਕੀ ਪੈ ਗਈ? ਦੇ ਵਿਲ ਹੈਵ ਟੂ ਵੇਟ ਫੋਰ ਸਮ ਟਾਈਮ, ਉਹ 2-4-5 ਘੰਟੇ ਵੇਟ ਕਰਨ, ਪੁਲਿਸ ਦੇ ਐਕਸ਼ਨ ਦੀ ਵੇਟ ਕਰਨ। ਇਹ ਥੋੜ੍ਹੀ ਵੀ 2 ਘੰਟੇ ਬਾਅਦ ਵੀ ਪ੍ਰੈਸ ਕਾਨਫਰੰਸ ਕਰਨਗੇ, ਇਹਦਾ ਮਤਲਬ ਕੀ ਸੀ ਕਿ ਦੇਅਰ ਇਜ਼ ਸਮ ਬੈਡ ਇੰਟੈਂਸ਼ਨ, ਕੁਛ ਮੈਲਾਫਾਈਡ ਸੋਚ ਸੀਗੀ, ਕੁਛ ਰਾਜਨੀਤਿਕ ਲੋਕਾਂ ਦੇ ਜਿਹੜੇ ਇਰਾਦੇ ਨੇ ਕਿ ਸੰਜੇ ਤਲਵਾੜ ਨੂੰ ਡੀਫੇਮ ਕੀਤਾ ਜਾਵੇ, ਉਹਨਾਂ ਨੇ ਪੁੱਟ ਕਰਤਾ ਕਿ ਉਹ ਰੂਬਲ ਜੋ ਹੈ ਸੰਜੇ ਤਲਵਾੜ ਦਾ PA ਹੈ। ਮੇਰੇ ਜਿਹੜੇ ਆਫਿਸ ਦੇ ਲੋਕ ਜਿਹੜਾ ਕੰਮ ਕਰਦੇ ਨੇ, ਇੱਕ ਬੋਬੀ ਮੁੰਡਾ ਬੈਠਾ, ਕਪਿਲ ਮੁੰਡਾ ਬੈਠਾ, ਤੀਜਾ ਲਵਲੀ ਲੜਕਾ ਹੈ, ਔਰ ਇਹ ਗੱਲ ਪੂਰੇ ਲੁਧਿਆਣੇ ਸ਼ਹਿਰ ਨੂੰ ਪਤਾ ਹੈ। ਜਿੱਥੇ ਤੱਕ ਰਹਿ ਗਿਆ ਰੂਬਲ ਦਾ ਸਵਾਲ, ਦੇਖੋ ਲੁਧਿਆਣਾ ਸ਼ਹਿਰ ਹੈ, ਹੁਣ ਮੈਂ MLA ਹਾਂ, ਕੌਂਸਲਰ ਵੀ ਰਿਹਾ 15 ਸਾਲ, ਮੇਰੇ ਬੜੇ ਲੋਕਾਂ ਨਾਲ ਸੰਬੰਧ ਨੇ, ਅਤੇ ਸੰਬੰਧ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਕਿਸੇ ਨੂੰ ਪ੍ਰਵੋਕ ਕਰ ਰਿਹਾ ਕਿ ਕਿਸੇ ਨਾਲ ਲੜਾਈ ਕਰ, ਅਤੇ ਮੇਰੇ ਦੋਸਤ ਨੇ, ਮੈਂ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ, ਬਟ ਕਾਨੂੰਨ ਨੇ ਆਪਣੀ ਕਾਰਵਾਈ ਕੀਤੀ, FIR ਦਰਜ ਹੋ ਗਈ, ਉਹ ਉਹਨਾਂ ਨੂੰ ਲੱਭ ਰਹੇ ਆ ਜਾਂ ਰੇਡ ਮਾਰ ਰਹੇ ਆ, ਮੇਰਾ ਇਹ 'ਚ ਕੋਈ ਇੰਟਰਫੇਰੈਂਸ ਨਹੀਂ ਹੈ। ਬਟ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਇਹ ਸਿੱਧਾ ਸਿੱਧਾ ਕਿਸੇ ਰਾਜਨੀਤਿਕ ਸ਼ਹਿਰ ਦੇ ਉੱਤੇ ਮੈਨੂੰ ਡੀਫੇਮ ਕਰਨ ਵਾਸਤੇ ਕੀਤੀ ਗਈ। ਦੇਖੋ ਇਹ ਤਾਂ ਇਟਸ ਅ ਯੂਨੀਵਰਸਲ ਟਰੁੱਥ,
ਜਿਹੜਾ ਕੋਈ ਗਲਤ ਕਰੇਗਾ ਕਾਨੂੰਨ ਦੀ ਭਾਸ਼ਾ ਦੇ ਵਿੱਚ ਕਾਨੂੰਨ ਆਪਣਾ ਕੰਮ ਕਰੇਗਾ। ਮੇਰੇ ਅਗਰ ਮੈਂ ਇਹ ਵੀ ਕਹਿ ਦਿਆਂ ਵੀ ਸਜ਼ਾ ਨਹੀਂ ਮਿਲਣੀ ਚਾਹੀਦੀ ਤਾਂ ਮੇਰੇ ਕਹਿਣ ਨਾਲ ਤਾਂ ਇਹ ਹੋਏਗਾ ਨਹੀਂ, ਉਹ ਛੁੱਟ ਜਾਣਗੇ। ਕਾਨੂੰਨ ਦੇ ਹਿਸਾਬ ਨਾਲ ਜੋ ਧਾਰਾ ਲੱਗਣੀਆਂ ਸੀਗੀਆਂ FIR ਦਰਜ ਉਹਨਾਂ 'ਤੇ ਹੋ ਗਈ, ਕਾਨੂੰਨ ਆਪਣਾ ਕੰਮ ਕਰ ਰਿਹਾ। ਬਟ ਜਿਹੜੇ ਫੈਕਟਰੀ ਲੋਕ ਨੇ ਜਿਨ੍ਹਾਂ 'ਤੇ ਪਰਚਾ ਦਰਜ ਹੋਇਆ, ਠੀਕ ਹੈ ਇੱਕ CCTV ਫੁਟੇਜ ਆ ਗਈ, ਬਟ ਦੂਜੇ ਪੱਖ ਦੀ ਗਰੀਵੈਂਸ ਵੀ ਸੁਣਨੀ ਚਾਹੀਦੀ ਹੈ ਪੁਲਿਸ ਨੂੰ। ਅਗਰ ਉਹ ਲੋਕ ਕਹਿ ਰਹੇ ਆ ਵੀ ਉਹਨਾਂ ਨਾਲ ਧੱਕਾ ਹੋ ਗਿਆ, ਜਿਨ੍ਹਾਂ ਦੇ ਕਹਿਣ 'ਤੇ FIR ਦਰਜ ਹੋ ਗਈ, ਧਾਰਾ ਲੱਗ ਗਈਆਂ, ਸਭ ਕੁਝ ਹੋ ਗਿਆ, ਆਫਟਰ ਦੈਟ ਉਹ ਕਹਿ ਰਹੇ ਧੱਕਾ ਹੋ ਗਿਆ, ਫਿਰ ਮੈਨੂੰ ਨਹੀਂ ਪਤਾ ਧੱਕਾ ਕਹਿੰਦੇ ਕਿਹਨੂੰ। ਇਸ ਕਰਕੇ ਜਦੋਂ ਦੂਜੀ ਪਾਰਟੀ ਦਾ ਪੱਖ ਸੁਣੋਗੇ ਤਾਂ ਹੋ ਸਕਦਾ ਤੁਹਾਨੂੰ ਕਲੈਰਿਟੀ ਹੋ ਜਾਵੇ। ਅਗਰ ਕੋਈ ਬੰਦਾ ਬਿਨਾਂ ਲਾਇਸੈਂਸ ਤੋਂ ਕੋਈ ਚੀਜ਼ਾਂ ਇਹੋ ਜਿਹੀਆਂ ਵੇਚ ਰਿਹਾ, ਅਗਰ ਕੋਈ ਆਮ ਬੰਦਾ ਵੀ ਓਬਜੈਕਟ ਕਰਦਾ ਤਾਂ ਉਹਦਾ ਰਾਈਟ ਹੈ। ਰਹਿ ਗਿਆ ਜਿੱਥੇ ਤੱਕ ਮੇਰੀ ਇਨਵੋਲਵਮੈਂਟ ਦਾ ਸਵਾਲ ਹੈ, ਕਿਉਂਕਿ ਤੁਸੀਂ ਮੇਰੇ ਕੋਲ ਤਾਂ ਸਿਰਫ ਇਸ ਵਾਸਤੇ ਆਏ ਹੋ ਕਿ ਉਹਨਾਂ ਨੇ ਮੇਰਾ ਨਾਮ ਲਿੱਤਾ ਕਿ ਸੰਜੇ ਤਲਵਾੜ ਦਾ ਪ੍ਰੈਸ਼ਰ ਹੈ ਅਤੇ ਸੰਜੇ ਤਲਵਾੜ ਦਾ। ਪਹਿਲਾਂ ਤਾਂ ਉਹ ਇਸ ਇਲਾਕੇ ਦੇ ਜਿਹੜੇ MLA ਡਾਵਰ ਸਾਹਿਬ ਨੇ, ਉਹ ਮੌਕੇ 'ਤੇ ਵੀ ਗਏ, ਮੈਂ ਤਾਂ ਕਿਤੇ ਗਿਆ ਨਹੀਂ, ਨਾ ਮੈਨੂੰ ਦੁਕਾਨ ਦਾ ਪਤਾ, ਨਾ ਮੈਨੂੰ ਉਹ ਬੰਦੇ ਦਾ ਪਤਾ ਜਿਹਦੇ ਨਾਲ ਝਗੜਾ ਹੋਇਆ। ਉਹਦਾ ਬੰਦਾ ਵੀ ਅਗਰ ਪ੍ਰੈਸ ਕਾਨਫਰੰਸ ਕਰ ਰਿਹਾ ਤਾਂ ਕਿਤੇ ਨਾ ਕਿਤੇ ਕਿਸੇ ਤੋਂ ਗਾਈਡਡ ਹੋ ਕੇ ਕਰ ਰਿਹਾ। ਅਦਰਵਾਈਜ਼ ਇੱਕ MLA ਨੂੰ ਇਨਵੋਲਵ ਕਰਨਾ ਇੱਕ ਆਮ ਬੰਦਾ ਕਿਉਂ ਕਰੇਗਾ? ਉਹਦਾ ਝਗੜਾ ਹੋਇਆ, ਇੱਥੇ ਰੋਜ਼ ਲੁਧਿਆਣੇ ਕਈ ਝਗੜੇ ਹੁੰਦੇ ਆ, ਝਗੜਾ ਹੋਇਆ, ਉਹਦੀ FIR ਦਰਜ ਹੋ ਗਈ, ਉਹਨੂੰ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਉਦੋਂ ਪੈਣੀ ਸੀ ਜਦੋਂ ਉਹਦੀ FIR ਨਾਲ ਦਰਜ ਹੁੰਦੀ। ਦੈਨ ਉਹ ਬਲੇਮ ਕਰਦੇ ਕਿ ਸੰਜੇ ਤਲਵਾੜ ਇੰਟਰਫੇਅਰ ਕਰ ਰਿਹਾ ਅਤੇ ਸਾਡੀ FIR ਨਹੀਂ ਦਰਜ ਹੋ ਰਹੀ। FIR ਉਹਨਾਂ ਦੀ ਦਰਜ ਹੋ ਚੁੱਕੀ ਹੈ, ਠੀਕ ਹੈ, ਜੋ ਉਹਨਾਂ ਨੇ ਕਿਹਾ ਉਹ ਹੋ ਗਿਆ। ਹੁਣ ਇਹ ਆ ਵੀ 2 ਘੰਟੇ ਜਿਨ੍ਹਾਂ 'ਤੇ FIR ਦਰਜ ਹੋਈ, ਅਗਲੇ ਘਰੋਂ ਫਰਾਰ ਵੀ ਹੋ ਸਕਦੇ ਆ, ਅਤੇ ਜੇ ਉਹ ਹਜੇ ਵੀ ਕਹਿਣ ਵੀ ਸੰਜੇ ਤਲਵਾੜ ਦਾ ਪ੍ਰੈਸ਼ਰ ਹੈ, ਫਿਰ ਤੁਸੀਂ ਆਪ ਸਮਝਦਾਰ ਹੋ, ਮੇਰਾ ਪ੍ਰੈਸ਼ਰ ਕਰਦਾ, ਜੇ ਮੇਰਾ ਪ੍ਰੈਸ਼ਰ ਹੁੰਦਾ ਤਾਂ ਉਹਨਾਂ 'ਤੇ FIR ਨਾ ਦਰਜ ਹੁੰਦਾ। ਇਹੋ ਜਿਹਾ ਕੁਛ ਨਹੀਂ ਜੀ, ਦੇਖੋ ਇੰਨਾ ਬੜਾ ਲੁਧਿਆਣਾ ਸ਼ਹਿਰ ਹੈ, ਮੋਰ ਦੈਨ 40 ਲੱਖ ਪੀਪਲ ਇੱਥੇ ਰਹਿ ਰਹੇ ਆ। ਅਗਰ ਅਸੀਂ ਲੋਕ ਇਹ ਕੋਈ ਬੰਦਾ ਮੰਨ ਕੇ ਚੱਲ ਜਾਵੇ ਵੀ ਇੱਥੇ ਝਗੜਾ ਹੋਣਾ ਵੈ ਜਾਂ ਝਗੜਾ ਕਰਨਾ, ਕਿਉਂਕਿ ਦੋਨਾਂ ਪਾਸੇ ਕੁਛ ਇਹੋ ਜਿਹੇ ਹੀਟਿਡ ਆਰਗੂਮੈਂਟਸ ਹੋਈਆਂ ਸੀਗੀਆਂ, ਅਤੇ ਨਾ ਤਾਂ ਉੱਥੇ ਕੋਈ ਪੋਲੀਟੀਕਲ ਬੰਦਾ ਨਾ ਕੋਈ ਪੁਲਿਸ ਦਾ ਬੰਦਾ, ਇਹਨੂੰ ਪਹਿਲਾਂ ਇਸ ਚੀਜ਼ ਦੀ ਅਵੇਅਰਨੈਸ ਹੋਏਗੀ ਵੀ ਝਗੜਾ ਹੋਏਗਾ, ਮੈਂ ਰੋਕ ਲਵਾਂ, ਠੀਕ ਹੈ ਨਾ। ਬਟ ਇਹ ਵੀ ਲਾਅ ਐਂਡ ਆਰਡਰ ਦੀ ਮਤਲਬ ਕਿੰਨਾ ਵਧੀਆ ਚੱਲ ਰਿਹਾ, ਇਹਦਾ ਰਿਜ਼ਲਟ ਇਹ ਹੈ ਕਿ ਅਗਰ ਝਗੜਾ ਹੋਇਆ ਤਾਂ ਉਸ ਤੋਂ ਬਾਅਦ ਜਿਹਦੀ ਗਰੀਵੈਂਸ ਸੀਗੀ ਉਹਦੀ ਸੁਣ ਕੇ ਪਰਚਾ ਦਰਜ ਹੋ ਗਿਆ ਔਰ ਨੈਕਸਟ ਕਾਰਵਾਈ ਹੋਏਗੀ। ਕਾਨੂੰਨ ਆਪਣਾ ਕੰਮ ਕਰ ਰਿਹਾ, ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਹੀਂ।